8 ਮਹੀਨੇ ਦਾ ਬੱਚਾ ਜਿਹਨੂੰ ਦੌਰੇ ਪੈ ਰਹੇ ਆ, ਡਾਕਟਰ ਨੇ ਕਿਹਾ ਦੱਸੇਗਾ ਹੋਇਆ ਕਿਆ ਉਹਨੂੰ? ਬੁਖਾਰ ਚੜ੍ਹਦਾ ਰਿਹਾ ਤੇ ਬੁਖਾਰ ਤੋਂ ਦੌਰੇ ਪੈਣ ਲੱਗੇ। ਮੈਂ ਕਾਗਜ਼ ਦੀ ਦੇ ਕਿੰਨੇ ਦਿਨ ਤੋਂ ਇੱਥੇ ਬੈਠੇ ਹੋ? 20 ਦਿਨ ਹੋ ਗਏ। ਦਿਨ ਰਾਤ ਇੱਥੇ ਹੀ ਬੈਠੇ ਹੋ? 20 ਦਿਨ 'ਚ ਨਾ ਬੰਦੇ ਦੇ ਹੋਸ਼ ਉੱਡ ਜਾਂਦੇ, ਹਸਪਤਾਲ 'ਚ ਰਹਿਣਾ ਪੈ ਜੇ। ਸ਼ੁਕਰ ਜੀ, ਬੇਬੇ ਨਾਨਕੀ ਹੋਸਪਿਟਲ ਖੜ੍ਹੇ ਆ ਜਿਹਦਾ ਅੰਮ੍ਰਿਤਸਰ ਦੇ ਵਿੱਚ ਪੈਂਦਾ। ਇਹ ਬੱਚਿਆਂ ਦਾ ਹਸਪਤਾਲ ਆ ਨਾ ਇਹ? ਔਰ ਇਸ ਭੈਣ ਨੂੰ ਕਿਆ ਹੋਇਆ ਬੱਚੇ ਨੂੰ? ਬੱਚੇ ਨੂੰ ਭਾਅ ਜੀ ਦੌਰੇ ਪੈਂਦੇ ਹੋਏ। 8 ਮਹੀਨੇ ਦਾ ਬੱਚਾ ਜਿਹਨੂੰ ਦੌਰੇ ਪੈ ਰਹੇ ਆ, ਡਾਕਟਰ ਨੇ ਕਿਹਾ ਦੱਸੇਗਾ ਹੋਇਆ ਕਿਆ ਉਹਨੂੰ? ਬੁਖਾਰ ਚੜ੍ਹਦਾ ਰਿਹਾ ਤੇ ਬੁਖਾਰ ਤੋਂ ਦੌਰੇ ਪੈਣ ਲੱਗੇ। ਤੁਹਾਡੇ ਘਰ ਵਾਲੇ ਕਿਆ ਕਰਦੇ ਨੇ? ਅੱਛਾ, ਮੈਂ ਜਦੇ ਆਏ ਤਾਂ ਮੈਂ ਆਪ ਦੇਖ ਕੇ ਹੈਰਾਨ ਸੀ, ਮੈਂ ਕਿਹਾ ਤੁਹਾਡਾ ਬੱਚਾ? ਕਹਿੰਦੇ ਹਾਂ ਨਾ। 8 ਮਹੀਨੇ ਦੀ ਛੋਟੀ ਬੱਚੀ ਹੈ, ਤੁਹਾਡੀ ਆਪਣੀ ਉਮਰ 20 ਸਾਲ ਦੀ ਹੈ। ਤੁਸੀਂ ਮਾਲ ਨਿਊਟ੍ਰੀਸ਼ਨ ਦਾ ਲੈਵਲ ਦੇਖ ਸਕਦੇ ਹੋ, ਕਿੰਨਾ ਵਜ਼ਨ ਹੈ ਭੈਣ ਜੀ ਤੁਹਾਡਾ? ਮੈਂ ਕਹਿੰਦਾ 35-40 ਕਿਲੋ ਵਜ਼ਨ ਹੋਣਾ, 20 ਸਾਲ ਦਾ ਬੱਚਾ ਹੈ। ਅਸੀਂ ਸ਼ਹਿਰਾਂ 'ਚ ਬੱਚੇ ਸਾਡੇ ਕਿੰਨੇ ਕੁ ਓਬੀਜ਼ ਹੁੰਦੇ ਹੈ ਅਸੀਂ ਆਪ ਸਮਝਦੇ ਹਾਂ, ਅਸੀਂ ਆਪ ਜਾਣਦੇ ਹਾਂ ਨਾ। ਸੋ ਇਹ ਹਾਲਾਤ ਹੋ ਜਾਂਦੇ ਹੈ। ਕਿੰਨੇ ਦਿਨ ਤੋਂ ਇੱਥੇ ਬੈਠੇ ਹੋ? 20 ਦਿਨ ਹੋ ਗਏ। ਦਿਨ ਰਾਤ ਇੱਥੇ ਹੀ ਬੈਠੇ ਹੋ? 20 ਦਿਨ 'ਚ ਨਾ ਬੰਦੇ ਦੇ ਹੋਸ਼ ਉੱਡ ਜਾਂਦੇ, ਹਸਪਤਾਲ 'ਚ ਰਹਿਣਾ ਪੈ ਜੇ। 20 ਦਿਨ ਛੱਡੋ, ਹਫ਼ਤਾ ਰਹਿਣਾ ਪੈ ਜੇ ਨਾ। ਨਾ ਖਾਣ ਦਾ ਪਤਾ ਹੁੰਦਾ, ਨਾ ਨਹਾਉਣ ਦਾ ਪਤਾ ਹੁੰਦਾ ਨਾ, ਔਰ ਦਿਨ ਰਾਤ ਪੈਸੇ ਲੱਗ ਰਹੇ ਨੇ। ਹਾਂ, 11,000 ਰੁਪਏ ਸੇਵਾ ਦਾ ਚੈੱਕ ਦੇ ਕੇ ਚੱਲੇ ਹਾਂ। ਅਮਰਜੀਤ ਵੀਰ ਦੇ ਨਾਲ ਦੇ ਕੁਛ ਸੰਗੀ ਸਾਥੀ ਸੀਗੇ, ਉਹਨਾਂ ਨੇ ਮਾਇਆ ਭੇਜੀ ਸੀਗੀ, ਸੋ ਐਕਸਟੈਂਡ ਕਰਕੇ ਚੱਲੇ ਹਾਂ। ਭੈਣ ਜੀ ਨੂੰ ਆਹ ਫੜ ਲਓ, ਭੈਣ ਜੀ ਖਾਤੇ 'ਚ ਲਾ ਲਿਓ, ਤੁਹਾਡੇ ਖਾਤੇ 'ਚ ਆ ਜਾਣਗੇ, ਹੈ ਨਾ। ਇਸ ਤਰੀਕੇ ਦੇ ਬਹੁਤ ਸਾਰੇ ਬੱਚਿਆਂ ਦੀ ਲਗਾਤਾਰ ਮੈਡੀਕਲ ਸੇਵਾ ਸਹਿਯੋਗ ਚੱਲ ਰਿਹਾ, ਸਾਨੂੰ ਸੰਗਤ ਦੇ ਸਾਥ ਦੀ ਲਗਾਤਾਰ ਲੋੜ ਰਹਿੰਦੀ ਹੈ ਨਾ। ਜੇ ਤੁਸੀਂ ਸਾਥ ਨਹੀਂ ਦੇ ਸਕਦੇ ਮੌਕੇ 'ਤੇ, ਕਿਰਪਾ ਕਰਕੇ ਵੀਡੀਓਜ਼ ਨੂੰ ਔਨਲਾਈਨ ਸੇਵਾ ਕਰਦੇ ਹੋਏ ਸ਼ੇਅਰ ਜ਼ਰੂਰ ਕਰਦੇ ਰਹੋ ਨਾ, ਤਾਂ ਕਿ ਹੋਰ ਦਾਨੀ ਸੱਜਣ ਵੀਰ ਭੈਣ ਨਾਲ ਜੁੜ ਕੇ ਇਸ ਮੁਹਿੰਮ ਦੇ ਵਿੱਚ ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚ ਪੇਸ਼ੈਂਟ ਦੀ ਸੇਵਾ ਦੇ ਵਿੱਚ ਸਹਿਯੋਗ ਕਰ ਸਕਣ। ਫਤਿਹ ਦੀ ਸਾਹਿਬ ਨੇ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।